ਸਾਡੇ ਅੱਜ ਭਾਰਾ ਚੌਂਕ ਜਿਹੜਾ ਪਟਿਆਲਾ ਦਾ ਵਾ ਇਹ ਅੱਜ ਅਸੀਂ ਪਟਿਆਲੇ ਪਹੁੰਚੇ ਹੋਏ ਹਾਂ ਕੈਪਟਨ ਦੀ ਕੋਠੀ ਦਾ ਘਰਾਓ ਕਰ ਲਈ ਕਿਉਂਕਿ ਸਾਡੀਆਂ ਮੰਗਾਂ ਨੇ ਰੈਗੂਲਰ ਦੀਆਂ ਹਮ ਸੁੱਖਮ ਅਸੀਂ 50 ਦਿਨ ਪਹਿਲਾਂ ਇਹਨਾਂ ਨੂੰ ਨੋਟਿਸ ਦੇ ਚੁੱਕੇ ਹਾਂ ਜਾਣੂ ਕਰਵਾ ਚੁੱਕੇ ਹਾਂ ਕਿ ਸਾਡੀਆਂ ਆਹ ਮੰਗਾਂ ਵਾ ਨਾ ਕੋਈ ਛੱਡ ਕੇ ਸੱਦ ਕੇ ਸਾਨੂੰ ਮੀਟਿੰਗ ਦਿੱਤੀ ਆ ਸਿਰਫ ਡਾਇਰੈਕਟਰ ਦਫ਼ਤਰ ਨੇ ਸਾਨੂੰ ਮੀਟਿੰਗ ਦਿੱਤੀ ਆ ਔਰ ਉਹਦੇ ਵਿੱਚ ਕੋਈ ਅਸੀਂ ਉਹਨਾਂ ਨੂੰ ਕਿਹਾ ਕਿ ਪੈਨਲ ਮੀਟਿੰਗ ਆ ਕੈਪਟਨ ਸਾਹਿਬ ਦੀ ਦਵਾਓ ਸਾਨੂੰ ਕਿਉਂਕਿ ਜਦੋਂ ਵੀ ਟਰਾਂਸਪੋਰਟ ਮੰਤਰੀ ਨਾਲ ਅਸੀਂ ਮੀਟਿੰਗ ਕਰਦੇ ਹਾਂ ਉਹ ਕਹਿੰਦੇ ਆ ਕਿ ਕੈਪਟਨ ਸਾਹਿਬ ਨਹੀਂ ਕਰਨਾ ਵਾ ਅਤੇ ਜੇ ਸਾਡੇ ਕੈਪਟਨ ਸਾਹਿਬ ਨਾਲ ਹੀ ਕਰਨਾ ਹੋਈ ਅਸੀਂ ਕਹਿੰਦੇ ਹਾਂ ਕਿ ਪੈਨਲ ਮੀਟਿੰਗ ਆ ਕੈਪਟਨ ਸਾਹਿਬ ਦੇ ਟੇਬਲ 'ਤੇ ਸਾਡਾ ਜਿਹੜਾ ਇਹ ਰੈਗੂਲਰ ਦਾ ਹੱਲ ਕਰੇ ਸਾਡੀ ਰੈਗੂਲਰ ਦੀ ਮੰਗ ਨੂੰ 12 ਡਿਪੂ ਪੰਜਾਬ ਰੋਡ ਬੰਦ ਬਸਦੇ ਆ 9 ਡਿਪੂ BRTC ਦੇ ਆ ਅਤੇ ਪੂਰਾ ਬੰਦ ਆ ਪੂਰੇ ਪੰਜਾਬ ਦੇ ਪੂਰੇ PRTC ਪੂਰੇ ਪੰਜਾਬ ਦੀ ਪੰਨ ਬੱਸ ਸਭ ਬੰਦ ਆ ਅਗਲਾ ਜਿਹੜਾ ਵਾ ਅਸੀਂ ਐਲਾਨ ਕਰਨ ਵਾਲੇ ਹਾਂ ਉਹ ਬਾਅਦ ਸਟੇਜ ਤੋਂ ਕਰਾਂਗੇ ਅਸੀਂ ਕੋਈ ਵਧਵਾਂ ਐਕਸ਼ਨ ਕਰਾਂਗੇ ਕੋਈ ਇਹੋ ਜਿਹੇ ਲੈ ਕੇ ਆਵਾਂਗੇ ਭੰਡੀ ਪ੍ਰਚਾਰ ਕੋਈ ਅੱਡਿਆਂ ਦੇ ਵਿੱਚ ਤੰਬੂ ਲਾ ਕੇ ਹਰ ਬੱਸ 'ਚ ਭੰਡੀ ਪ੍ਰਚਾਰ ਕਰਾਂਗੇ ਕਾਲਜਾਂ 'ਚ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਦੱਸਾਂਗੇ ਮਹਿੰਗਾਈ ਦੇ ਬਾਰੇ ਖਾਣ ਵਾਲੀਆਂ ਚੀਜ਼ਾਂ ਤੁਹਾਡੀਆਂ ਕਿੰਨੀਆਂ ਮਹਿੰਗੀਆਂ ਵਾ ਗੈਸ ਸਿਲੰਡਰ ਕਿੰਨਾ ਮਹਿੰਗਾ ਵਾ ਬਿੱਲ ਕਿੰਨੇ ਸਾਡੇ ਹੋ ਗਏ ਆ ਇਹ ਸਰਕਾਰ ਦੀ ਨੀਤੀਆਂ 'ਤੇ ਅਸੀਂ ਜਿਹੜਾ ਲੋਕਾਂ ਨੂੰ ਦੱਸਾਂਗੇ ਜਾ ਕੇ।